ਨੀ ਇੱਕ ਤੇਰਾ ਰੰਗ ਮੁਸ਼ਕੀ ਦੂਜਾ ਮੁਸ਼ਕ ਕੱਛਾ ਚੋਂ ਮਾਰੇ ਨੀ ਇੱਕ ਤੇਰਾ ਉਹ ਕੌਣ ਆਉਂਦਾ ਕੁੜੇ ਇੱਕ ਤੇਰਾ ਰੰਗ ਮੁਸ਼ਕੀ ਦੂਜਾ ਮੁਸ਼ਕ ਕੱਛਾ ਚੋਂ ਮਾਰੇ ਨੀ ਲੱਗਦਾ ਮੈਨੂੰ ਤਾਂ ਇੱਕ ਤੇਰਾ ਰੰਗ ਮੁਸ਼ਕੀ ਦੂਜਾ ਮੁਸ਼ਕ ਕੱਛਾ ਚੋਂ ਮਾਰੇ ਮਰ ਜਾਣੇ ਹੋ ਰਿਹਾ ਮੁਸ਼ਕ ਕੱਛਾ ਚੋ ਓਹ ਮੈਂ ਕਿਹਾ ਮਾਈ ਮੋਣੋ ਤੇਮੂ ਤੇਰੇ ਮੈਂ ਤੈਨੂੰ ਆਵਾਜ਼ਾਂ ਮਾਰ ਮਾਰ ਕੇ ਥੱਕ ਗਈ ਮਰ ਜਾਣਿਆ ਮੈਂ ਕਿਹਾ ਜੀ ਪੈਰੀ ਪਹਿਨੇ ਆ ਜੀ ਤੁਹਾਡੇ ਨਾ ਕੀ ਗਾਉਂਦਾ ਕੀ ਆ ਰਹੇ ਜਿਉਂਦਾ ਰਹੋ ਮਾਈ ਮੋਣੋ ਗੱਲ ਇਹ ਹੈ ਜੀ ਬੜੇ ਬੜੇ ਗੰਦੇ ਗੀਤ ਲਿਖਣ ਲੱਗ ਗਈ ਜੀ ਦੁਨੀਆ ਤਾਂ ਬਹੁਤਾ ਹੀ ਗੰਦਾ ਗੀਤ ਹੈ ਪੋਸਤੀਆ ਮੈਂ ਤੈਨੂੰ ਕਈ ਵਾਰੀ ਕਿਹਾ ਵੀ ਕੋਈ ਗੰਦਾ ਗੀਤ ਨਾ ਗਾ ਤਾਂ ਬਹੁਤ ਵਧੀਆ ਰਹੇਗਾ ਗਾਸਣ ਤੂੰ ਗਾਣਾ ਤਾਂ ਹੁਣ ਅੱਜ ਕੱਲ ਥੋੜਾ ਬਹੁਤਾ ਤੂੰ ਘੱਟ ਕੀਤਾ ਮਾਈ ਮੋਣੋ ਇੱਕ ਹੋਰ ਦੇ ਕੇ ਗਿਆ ਜੀ ਮੁਖੜਾ ਉਹ ਕਿਹੜਾ ਮੁਖੜਾ ਕਰ ਦੁਖੜਾ ਹੀ ਹੈ ਜੀ ਆ ਦੇਖ ਲਿਖ ਕੇ ਦੇ ਗਿਆ ਦੱਸ ਦੇ ਕਹਿੰਦਾ ਸ਼ੇਰ ਦੱਸ ਦੱਸ ਕੋਈ ਨਾ ਕਹਿੰਦਾ ਲੱਸੀ ਪੀਣੀ ਹੈ ਗਵਾਂਢਣੇ ਤੇਰੀ ਮੋਗੇ ਚੋਂ ਗਲਾਸ ਸਿੱਟ ਕੇ ਸਾਰੀ ਦੁਨੀਆ ਹੱਸਦੀ ਹੈ ਮਰ ਜਾਣੇ ਇਹਦਾ ਮਤਲਬ ਤਾਂ ਕੁਛ ਹੋਰ ਹੀ ਹੈਗਾ ਜਿਹੜਾ ਮਾਈ ਮੋਣੋ ਗਲਾਸ ਦਾ ਕੀ ਬਾਜੂਗਾ ਜੀ ਮਾਰੀ ਜਾਂਦਾ ਕਮਲਾ ਜੀ ਹਾਂਜੀ ਚੱਲ ਜੋ ਕੁਛ ਹੋ ਗਿਆ ਠੀਕ ਹੈ ਪਰ ਗੱਲ ਸੁਣ ਹੋਟਲ ਚਲਾਉਣ ਲੱਗਿਆ ਸੀ ਉਹਦਾ ਕੀ ਬਣਿਆ ਮਾਈ ਮੋਣੋ ਚਲਾਉਣ ਲੱਗਿਆ ਸੀ ਆਹੋ ਉਹ ਚੱਲਦਾ ਅੱਧਾ ਤਾਂ ਜੀ ਨਾ ਤੂੰ ਕਹਿੰਦਾ ਸੀ ਨੌਕਰ ਨੀ ਮਿਲਦੇ ਮਾਈ ਮੋਣੋ ਬੜੀ ਕਮੀ ਹੈ ਜੀ ਅੱਛਾ ਹੈ ਜੀ ਇੱਕ ਅਮਲੀ ਰੱਖਿਆ ਸੀ ਤੂੰ ਮੈਂ ਰੱਖਿਆ ਹੋਇਆ ਜੀ ਉਹ ਬੜਾ ਵਧੀਆ ਬੰਦਾ ਮਾਈ ਮੋਣੋ ਬਈ ਬਹੁਤ ਆਈ ਚੰਗਾ ਮਾਈ ਮੋਣ ਕੀ ਕਹਿਣਾ ਮੈਂ ਕਹਿੰਦਾ ਅਮਲੀ ਦੇ ਤਾਂ ਪੱਟੇ ਰਾਸ ਨੀ ਜੀ ਆਉਣੇ ਹੈ ਨਸ਼ਾ ਮਾੜੀ ਚੀਜ਼ ਹੈ ਜੀ ਕੀ ਗੱਲ ਹੋ ਗਈ ਮਾਈ ਮੋਣੋ ਪਰਸੋਂ ਸਾਡੇ ਕਿਤੇ ਉੱਥੇ ਜੀ ਤੁਹਾਨੂੰ ਪਤਾ ਕੰਮ ਚੱਲਦਾ ਆਹੋ ਆਹੋ ਪਾਣੀ ਵਾਲੀ ਕੋਈ ਮੋਟਰ ਲਾ ਕੇ ਲੈ ਗਏ ਉਹ ਤਾਂ ਕਈ ਚੋਰੀ ਹੋ ਗਈਆਂ ਤੇਰੀਆਂ ਮਾਈ ਮੋਣੋ ਮੈਂ ਥਾਣੇਦਾਰ ਸਾਹਿਬ ਨੂੰ ਬੁਲਾਇਆ ਅੱਛਾ ਮੈਂ ਕਿਹਾ ਜੀ ਤੁਹਾਨੂੰ ਪਤਾ ਹੋਣਾ ਮੋਟਰ ਚੋਰਾਂ ਦੀ ਲਿਸਟ ਕੱਢੋ ਆਹੋ ਆਹੋ ਕਿਹਾ ਸੀ ਥਾਣੇਦਾਰ ਸਾਹਿਬ ਆ ਗਏ ਮੈਨੂੰ ਦੱਸਿਆ ਕਿਸੇ ਨੇ ਪੁੱਛਣ ਲੱਗੇ ਅਮਲੀ ਸਭ ਤੋਂ ਮੂਹਰੇ ਅੱਛਾ ਥਾਪੀਆਂ ਮਾਰੀ ਜਾਵੇ ਕੀ ਕਹਿੰਦਾ ਮਾਈ ਮੋਣੋ ਮਰਵਾ ਦੇਣਾ ਸੀ ਉਹਨੇ ਉਹਨੂੰ ਪਤਾ ਹੋਣਾ ਨਾ ਜੀ ਫਿਰ ਕੀ ਨਸ਼ਾ ਫੁੱਲ ਅੱਛਾ ਕਹਿੰਦਾ ਹਮਕੋ ਪਤਾ ਲੈ ਕੇ ਥਾਣੇਦਾਰ ਤਫਤੀਸ਼ ਕਰੇ ਸਭ ਤੋਂ ਮੂਹਰੇ ਜਾ ਕੇ ਕਹਿੰਦਾ ਹਮਕੋ ਪਤਾ ਜੀ ਚੋਰੀ ਚੋਰ ਕੌਣ ਹਾਂਜੀ ਥਾਣੇਦਾਰ ਸਾਹਿਬ ਨੂੰ 5-7 ਗੇੜੇ ਕਮਲਾ ਪਲਾਟ ਦੇ ਉੱਪਰ ਦੀ ਥੱਲੇ ਦੀ ਜੀ ਪਰਲੇ ਪਾਸੇ ਦੀ ਮਰਵਾਏ ਪਰ ਕਹਿੰਦਾ ਕੀ ਥਾਣੇਦਾਰ ਖਿੱਚ ਗਿਆ ਅੱਛਾ ਥਾਣੇਦਾਰ ਕਹਿੰਦਾ ਗੱਲ ਵੀ ਦੱਸੇਗਾ ਉਹਨੂੰ ਕਹਿੰਦਾ ਕੰਨ ਕਰ ਉਰੇ ਆਪਣਾ ਅੱਛਾ ਉਹ ਪਤਾ ਹੋਣਾ ਉਹਨੇ ਕੰਨ ਕੀਤਾ ਕਹਿੰਦਾ ਇਹ ਨੀ ਸੱਜਾ ਕੰਨ ਕਰ ਪਤਾ ਕੀ ਕਹਿੰਦਾ ਥਾਣੇਦਾਰ ਨੂੰ ਕੰਨ ਚ ਕੀ ਕਹਿੰਦਾ ਕਹਿੰਦਾ ਜੀ ਥਾਣੇਦਾਰ ਸਾਹਿਬ ਤੁਹਾਨੂੰ ਨੀ ਪਤਾ ਅੱਛਾ ਇਹ ਕੰਮ ਕਿਸੇ ਚੋਰ ਦਾ ਲੱਗਦਾ ਨੀ ਮੈਂ ਮਰ ਕੀ ਮਰ ਜਾਣਿਆ ਇਹੋ ਜੇ ਬੰਦੇ ਤੂੰ ਨਾ ਰੱਖਿਆ ਕਰ ਤਾਂ ਬਹੁਤ ਵਧੀਆ ਰਹੇਗਾ ਨਾ ਗੱਲ ਸੁਣ ਬੜਾ ਸਜਿਆ ਫਿਰਦਾ ਬੜਾ ਰੋਮਾਂਟਿਕ ਹੋਇਆ ਹੋਇਆ ਜ਼ੁਲਫਾਂ ਵਾਹੀਆਂ ਹੋਈਆਂ ਜੁਰਾਬਾਂ ਪੀੜੀਆਂ ਤੇ ਲਾਲ ਪਾਈ ਫਿਰਦਾ ਗੱਲ ਕੀ ਹੈ ਮਾਈ ਮੋਣੋ ਗੱਲ ਇਹ ਆ ਵੀ ਸਿਆਣੇ ਕਹਿੰਦੇ ਨੇ ਵੀ ਪਿਆਰ ਕੀ ਆ ਤੂੰ ਡਰਨਾ ਕਿਆ ਹਾਂਜੀ ਪਿਆਰ ਕਰਨ ਲੱਗ ਪਿਆ ਜਾਗ ਪਿਆ ਪਿਆਰ ਜੀ ਫੁੱਲ ਅੱਛਾ ਮਾਈ ਮੋਣੋ ਕੀ ਗੱਲ ਹੋ ਗਈ ਆਪਣੀ ਪਰਲੀ ਬੀਚ ਜਿਹੜੀ ਹੈ ਨਾ ਜੈਲੋ ਕੀ ਮਿਲ ਰਹਿੰਦੀ ਰਹਿੰਦੀ ਹੈ ਜੀ ਰਹਿੰਦੇ ਰਹਿੰਦੇ ਉਹ ਅੱਜ ਕੱਲ ਮਾਈ ਮੋਣੋ ਦੱਸੀ ਨਾ ਕਿਸੇ ਨੂੰ ਕੀ ਗੱਲ ਹੋ ਗਈ ਸਾਡੇ ਨਾਲ ਉਹਦਾ ਅੱਖ ਮਟੱਕਾ ਚੱਲਦਾ ਨਾ ਵੇ ਪੋਸਤੀ ਆ ਰੱਬ ਤੋਂ ਡਰਿਆ ਕਰ ਤੇਰੀ ਭੈਣਾ ਵਰਗੀ ਹੈ ਤੇਰਾ ਬੁੜਾ ਕਹਿੰਦਾ ਸੀ ਭਾਏ ਭੈਣਾ ਵਰਗੀ ਹੈ ਹੋਰ ਮਾਈ ਮੋਣੋ ਬੁੜੇ ਦੇ ਤਾਂ ਕੰਮ ਹੀ ਇਹ ਹੈ ਜਿਹੜੀ ਕੁੜੀ ਮਿਲਦੀ ਹੈ ਕਹਿੰਦਾ ਭੈਣਾ ਵਰਗੀ ਹੈ ਨਾ ਤੇ ਹੋਰ ਮਾਈ ਮੋਣੋ ਉਹ ਜਿਹੜੀ ਉਸ ਤੋਂ ਪਰਲੀ ਵੀ ਹੀ ਹੈ ਉਹਨਾਂ ਦੀ ਜਿਹੜੀ ਕੁੰਤੀ ਹੈ ਉਹ ਦੂਸਰੇ ਪਾਸੇ ਪਿੰਡ ਦੇ ਰਹਿੰਦੇ ਜੀ ਮੇਰੇ ਤੋਂ ਮਿਊਜ਼ਿਕ ਸਿੱਖਦੀ ਹੈ ਜੀ ਅੱਜ ਕੱਲ ਆਹੋ ਆਹੋ ਮਾਹ ਕਲੀਆਂ ਦਾ ਹਾਂ 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 ਪਤਾ ਮੈਨੂੰ ਉਹ ਵੀ ਕਹਿੰਦੀ ਸੀ ਜੇ ਤੋਪਾ ਭਰਵਾਉਣੇ ਨੀ ਮੈਂ ਮਰਗੀ ਮਰ ਜਣਿਆ ਉਹ ਤਾਂ ਵਿਚਾਰੀ ਕੁੜੀ ਦੇਵੀਆਂ ਵਰਗੀ ਉਹ ਤਾਂ ਤੇਰੀ ਭੈਣ ਲੱਗਦੀ ਤੇਰਾ ਬੁੜਾ ਕਹਿੰਦਾ ਸੀ ਹਾਏ ਹਾਏ ਬੁੜਾ ਉਹਨੂੰ ਵੀ ਕਹਿੰਦਾ ਹੋਰ ਮਾਈ ਮੋਣੋ ਭੈਣਾ ਵਰਗੀ ਮਾਈ ਮੋਣੋ ਇੱਕੋ ਜਿਹੀ ਚੌਥੀ ਗਲੀ ਚ ਰਹਿੰਦੀ ਆ ਆਹੋ ਜੈਬੋ ਆਹੋ ਆਹੋ ਉਹ ਤਾਂ ਤਿਆਰ ਹੈ ਕਹਿੰਦੀ ਭਾਵੇਂ ਕੱਲ ਆ ਜਾ ਵੇ ਪੋਸਤੀਆਂ ਉਹ ਤਾਂ ਮੇਰੀ ਰਿਸ਼ਤੇਦਾਰ ਆ ਤੇ ਤੇਰੀ ਭੈਣਾ ਵਰਗੀ ਹੋਣੀ ਹੋਣੀ ਹੈ ਹੈ ਤੇਰਾ ਬੁੜਾ ਵੀ ਕਹਿੰਦਾ ਸੀਗਾ ਵੀ ਉਹ ਤੇਰੀ ਬਿਲਕੁਲ ਤੇਰੀ ਸਕੀਆਂ ਭੈਣਾ ਮਾਈ ਮੋਣੋ ਸ਼ਕਲ ਵੀ ਮਿਲਦੀ ਤੇ ਮੈਂ ਜਿਹੜੀ ਕੁੜੀ ਨੂੰ ਕਹਿੰਦਾ
बुढ़ा उसे नहीं कहते भैन लग लगती है माई मोनो कल मैं पिंड के दरवाजे गया सी आहो तू बैठा सी पिंड वाले पता की कहंदे बुढ़े नू की कहंदे कहंदे तेरा बुढ़ा ही नहीं हो तेरा बेड़ा तर्जे मर जनिया तू अपने प्यो नू ऐ कही जाना तेरा ता किते है ही नहीं कुछ भी होना माई मोनो काम धंधा बड़े जी अच्छा थोनू पता भी कल स्कूल भी जाना है आ मैं पता पता है जी पता पता आप फिर पढ़ दे चंगा चंगा जा फिर मैं कल मिलूंगा जी चंगिया गल्ला जा 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 जरूर मिली मैं कहना अपने स्कूल तो मैं पहुंचिया ही नहीं हाँ। अपने राज जेड़ा पिंड है ना वो दादा आला स्कूल आहो आहो मैं कहने दादा दे स्कूल दे मुंडे ना हाँ। एहो जे दादे लगे हुए स्कूल नू की गल होगी माई मन हाँ। मैं कहना मैं जद कल नंगे है ना हाँ। मास्टर उत पढ़ावे जी मुंडे नू आहो बोर्ड एडा सारा काले रंग दा अच्छा चिट्टा चौक हाथ च अच्छा है जी अच्छा उत्ते बौंदा हासा तेन कह माई मोनो उत्ते बौंदा लिखाऊंदा कलास नू गल दसन लगे हां जी की गल की कलास बैठी अच्छा उत्ते एडी सारी एम पाती अच्छा आओ एम जी अच्छा थले एडा सारा डब्ल्यू पाता जी बिगे च अच्छा है जी एम डब्ल्यू एक मुंडे नू कहिंदा कहिंदा लब्बू कहिंदा एम ते हाथ लाके कहिंदा दस की है अच्छा कहिंदा मास्टर जी सानू पता है एहे एम वा कहिंदा एम दा की मतलब अच्छा कहिंदा एम फॉर माई मदर हाँ आई हुंदा एम तो माई मदर है जी अच्छा ठीक है फिर दूजा एक मुंडा बैठा सी मक्खन अच्छा कहिंदा मक्खना डब्ल्यू वल इशारा करके कहिंदा अच्छा अच्छा कहिंदा ए की है अच्छा कहिंदा जी हैगी ते लब्बू दी बुढ़ी पर पुट्ठी पता नहीं कीने कीती पढ़ा नहीं मास्टर ठीक पढ़ा पुट्ठा मक्खन सक